ਹਾਂਜੀ ਵਿਕਾ ਸਾਹਿਬ, ਅੱਜ ਵਪਾਰੀਆਂ ਨੇ ਪੂਰੇ ਪੰਜਾਬ ਭਰ 'ਤੇ ਹੜਤਾਲ ਕੀਤੀ ਹੈ, ਜੀ ਐੱਸ ਟੀ ਨੂੰ ਲੈ ਕੇ ਕੀ ਕਹਿਣਾ? ਬਈ ਪੂਰੇ ਹਿੰਦੁਸਤਾਨ ਦੇ ਅੰਦਰ ਜੀ ਐੱਸ ਟੀ ਨੂੰ ਲੈ ਕੇ ਵਪਾਰੀ ਸੜਕਾਂ 'ਤੇ ਉਤਰੇ ਹੋਏ ਹੈ ਔਰ ਬੀ ਜੇ ਪੀ ਮੁੱਖ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ। ਕਿਸਾਨ ਸੜਕਾਂ 'ਤੇ ਹੈ, ਵਪਾਰੀ ਸੜਕਾਂ 'ਤੇ ਹੈ। ਮੈਂ ਬੀ ਜੇ ਪੀ ਵਾਲਿਆਂ ਨੂੰ, ਖਾਸ ਕਰਕੇ ਪੰਜਾਬ ਵਾਲਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਪੰਜਾਬ ਦੇ ਨਾਲ ਖੜ੍ਹੇ ਹੋਵੋ। ਤੁਹਾਡੇ ਵਪਾਰੀ ਸੜਕਾਂ 'ਤੇ, ਤੁਹਾਡੇ ਕਿਸਾਨ ਸੜਕਾਂ 'ਤੇ, ਤੁਹਾਡੇ ਮਜ਼ਦੂਰ ਸੜਕਾਂ 'ਤੇ ਨਕਦਮ ਕੀਤਾ ਹੋਇਆ ਕੇਂਦਰ ਦੀ ਸਰਕਾਰ ਨੇ ਹਰ ਇੱਕ ਦਾ। ਬਈ ਜਿਸ ਵਕਤ ਪੰਜਾਬ ਦੇ ਅੰਦਰ ਪਾਣੀਆਂ ਦਾ ਮਾਮਲਾ ਆਇਆ ਸੀ ਨਾ, ਅਤੇ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਅਸੀਂ ਸਾਰਿਆਂ ਨੇ ਕੇਂਦਰ ਦੇ ਫੈਸਲੇ ਦੇ ਖਿਲਾਫ ਵਿਧਾਨ ਸਭਾ 'ਚ ਪ੍ਰਸਤਾਵ ਲਿਆ ਕੇ ਪੰਜਾਬ ਦੇ ਨਾਲ ਖੜ੍ਹੇ ਹੋਏ ਸਾਂ। ਅਤੇ ਤੁਸੀਂ ਰਾਜਨੀਤਿਕ ਲਾਲਚ ਨੂੰ ਛੱਡ ਕੇ ਪੰਜਾਬ ਦੇ ਨਾਲ ਖੜ੍ਹੇ ਹੋਵੋ। ਸਿਆਸਤ ਕੱਲ੍ਹ ਫਿਰ ਹੋ ਜਾਏਗੀ, ਪੰਜਾਬ ਨਾਲ ਖੜ੍ਹੇ ਹੋਵੋਗੇ, ਪੰਜਾਬ ਤੁਹਾਨੂੰ ਚੰਗਾ ਕਹੇਗਾ। ਅਗਰ ਤੁਸੀਂ ਪੰਜਾਬ ਦੇ ਨਾਲ ਖੜ੍ਹੇ ਨਹੀਂ ਹੋਣਾ, ਪੰਜਾਬ ਛੱਡ ਕੇ ਤੁਹਾਨੂੰ ਯੂਪੀ ਜਾਣਾ ਚਾਹੀਦਾ। ਹਾਂਜੀ ਵਿਕਾ ਸਾਹਿਬ, ਅੱਜ ਵਪਾਰੀਆਂ ਨੇ ਪੂਰੇ ਪੰਜਾਬ ਭਰ 'ਤੇ ਹੜਤਾਲ ਕੀਤੀ ਹੈ, ਜੀ ਐੱਸ ਟੀ ਨੂੰ ਲੈ ਕੇ ਕੀ ਕਹਿਣਾ? ਬਈ ਪੂਰੇ ਹਿੰਦੁਸਤਾਨ ਦੇ ਅੰਦਰ ਜੀ ਐੱਸ ਟੀ ਨੂੰ ਲੈ ਕੇ ਵਪਾਰੀ ਸੜਕਾਂ 'ਤੇ ਉਤਰੇ ਹੋਏ ਹੈ ਔਰ ਬੀ ਜੇ ਪੀ ਮੁੱਖ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ। ਕਿਸਾਨ ਸੜਕਾਂ 'ਤੇ ਹੈ, ਵਪਾਰੀ ਸੜਕਾਂ 'ਤੇ ਹੈ। ਮੈਂ ਬੀ ਜੇ ਪੀ ਵਾਲਿਆਂ ਨੂੰ, ਖਾਸ ਕਰਕੇ ਪੰਜਾਬ ਵਾਲਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਪੰਜਾਬ ਦੇ ਨਾਲ ਖੜ੍ਹੇ ਹੋਵੋ। ਤੁਹਾਡੇ ਵਪਾਰੀ ਸੜਕਾਂ 'ਤੇ, ਤੁਹਾਡੇ ਕਿਸਾਨ ਸੜਕਾਂ 'ਤੇ, ਤੁਹਾਡੇ ਮਜ਼ਦੂਰ ਸੜਕਾਂ 'ਤੇ ਨਕਦਮ ਕੀਤਾ ਹੋਇਆ ਕੇਂਦਰ ਦੀ ਸਰਕਾਰ ਨੇ ਹਰ ਇੱਕ ਦਾ। ਬਈ ਜਿਸ ਵਕਤ ਪੰਜਾਬ ਦੇ ਅੰਦਰ ਪਾਣੀਆਂ ਦਾ ਮਾਮਲਾ ਆਇਆ ਸੀ ਨਾ, ਅਤੇ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਅਸੀਂ ਸਾਰਿਆਂ ਨੇ ਕੇਂਦਰ ਦੇ ਫੈਸਲੇ ਦੇ ਖਿਲਾਫ ਵਿਧਾਨ ਸਭਾ 'ਚ ਪ੍ਰਸਤਾਵ ਲਿਆ ਕੇ ਪੰਜਾਬ ਦੇ ਨਾਲ ਖੜ੍ਹੇ ਹੋਏ ਸਾਂ। ਅਤੇ ਤੁਸੀਂ ਰਾਜਨੀਤਿਕ ਲਾਲਚ ਨੂੰ ਛੱਡ ਕੇ ਪੰਜਾਬ ਦੇ ਨਾਲ ਖੜ੍ਹੇ ਹੋਵੋ। ਸਿਆਸਤ ਕੱਲ੍ਹ ਫਿਰ ਹੋ ਜਾਏਗੀ, ਪੰਜਾਬ ਨਾਲ ਖੜ੍ਹੇ ਹੋਵੋਗੇ, ਪੰਜਾਬ ਤੁਹਾਨੂੰ ਚੰਗਾ ਕਹੇਗਾ। ਅਗਰ ਤੁਸੀਂ ਪੰਜਾਬ ਦੇ ਨਾਲ ਖੜ੍ਹੇ ਨਹੀਂ ਹੋਣਾ, ਪੰਜਾਬ ਛੱਡ ਕੇ ਤੁਹਾਨੂੰ ਯੂਪੀ ਜਾਣਾ ਚਾਹੀਦਾ।